ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਪੀ ਸਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸਿਵਕ ਜਨ ਮੰਨੇ ਪਰ ਤਖ ਗੁਰੂ ਨਿਸਤਾਰੇ ਮੋਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਦ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਅਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨਾ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀਆਸ ਦੁਏ ਭਾਏ ਵਿਗੋਚਿਐ ਗਲ ਪਾਇਸ ਜਮ ਕੀ ਫਾਸ ਜੇ ਹਭ ਜੈ ਸੋ ਲੁਣੈ ਮਥ ਜੋ ਲਿਖਿਆਸ ਰੈਣ ਵਿਹਾਣੇ ਪਛਤਾਣੇ ਉਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਪੇਟਿਆ ਸੋ ਦਰਗ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਨੇ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੂਦ ਬਿਨਾਂ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾਡ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਪ੍ਰਭ ਤੂਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾਡ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਜੁਗੋ ਜੁਗ ਅਟਲ ਦਸੋ ਪਾਸਾ ਹੈ ਕੀ ਆਤਮਕ ਰੂਪ ਜਾਗਦੀ ਜੋਤ ਜਹਾਰਾ ਜੋਰ ਸਰਬ ਕਲਾ ਭਰਪੂਰ ਖੰਡਾਂ ਔਰ ਬ੍ਰਹਮੰਡਾਂ ਦੇ ਮਾਲਕ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਸਾ ਜੀ ਅੱਜ ਆਪ ਜਿਨੇ અપਾਰ ਮਹਿਰਮਤ ਕਰਕੇ ਇਹ ਜੋ ਸ਼ਬਦ ਬਖਸ਼ਿਸ ਕੀਤਾ ਹੈ ਇਹ ਸ਼ਬਦ ਸਹੀਦਾ ਦੇ ਸਿਰਤਾਜ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨੇ 12 ਮਹਾ ਦੇ ਪਾਠ ਦੇ ਅੰਦਰ ਮਾਜ ਰਾਗ ਦੇ ਅੰਦਰ ਸਤਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਦਰਜ ਕੀਤਾ ਹੈ ਤੇ ਅੱਜ ਦੇ ਇਸ ਸ਼ਬਦ ਦੇ ਵਿੱਚ ਸਤਿਗੁਰੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ ਕਰ ਰਹੇ ਨੇ ਕਿ ਹਾੜ ਦਾ ਜਿਹੜਾ ਮਹੀਨਾ ਹੈ ਅਸਾੜ ਨੂੰ ਜਿੱਦੀ ਸਿੱਧੀ ਬੋਲੀ ਦੇ ਵਿੱਚ ਹਾੜ ਕਹਿੰਦੇ ਆਪਾਂ ਹਾੜ ਦਾ ਮਹੀਨਾ ਬੜਾ ਗਰਮੀ ਦਾ ਮਹੀਨਾ ਬੜੀ ਲੋ ਇਸ ਮਹੀਨੇ ਵਿੱਚ ਚੱਲਦੀ ਹੈ ਸੂਰਜ ਤਪਦਾ ਹੈ ਸੂਰਜ ਤਪਨ ਦੇ ਨਾਲ ਜਿੰਨੇ ਵੀ ਧਰਤੀ ਤੇ ਜੀਵ ਨੇ ਜੀਵ ਜੰਤੂ ਨੇ ਜਿੰਨੀ ਵੀ ਬਨਸਪਤੀ ਹੈ ਸਾਰੇ ਜਿਹੜੇ ਉਹ ਤਪਦੀ ਹੈ ਉਹ ਤਪਣ ਦੇ ਨਾਲ ਇਹ ਗਰਮ ਹੋ ਜਾਂਦੇ ਆ ਸਾਰੀ ਪ੍ਰਿਥਵੀ ਸਾਰੀ ਬਨਸਪਤੀ ਅਸਾੜ 15 30 ਲੱਗੇ ਅਸਾੜ ਦਾ ਮਹੀਨਾ ਬੜਾ ਗਰਮੀ ਦਾ ਤਪਦਾ ਮਹੀਨਾ ਹੈ ਇਸ ਤਪਦੇ ਮਹੀਨੇ ਇਸ ਤਪਣ ਦਾ ਕਾਰਨ ਗਰਮੀ ਅੱਗ ਹੈ ਬੜੀ ਅੱਗ ਬਸਦੀ ਹੈ ਇਹ ਅੱਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਦੇ ਨੇ ਇੱਕ ਤਰ੍ਹਾਂ ਦੀ ਨਹੀਂ ਬਹੁਤ ਤਰ੍ਹਾਂ ਦੀ ਹੈ ਕਈ ਕੋਟ ਪਵਨ ਪਾਣੀ ਬੈਸੰਤਰ ਦਾਤਾਰ ਸੱਚੇ ਪਾਸ਼ਾ ਜੀ ਕਹਿੰਦੇ ਇਹ ਅੱਗਾਂ ਬੜੇ ਤਰ੍ਹਾਂ ਦੀ ਨੇ ਜਿਸ ਤਰ੍ਹਾਂ ਜੰਗਲ ਦੇ ਵਿੱਚ ਦੋ ਦਰਖਤ ਨੇ ਜਦੋਂ ਉਹ ਦਰਖਤ ਆਪਸ ਜਿਹੇ ਵਿੱਚ ਰਗੜਦੇ ਨੇ ਤਾਂ ਉਹਨਾਂ ਦੇ ਨਾਲ ਵੀ ਅੱਗ ਪੈਦਾ ਹੁੰਦੀ ਹੈ ਸਮੁੰਦਰ ਦੇ ਵਿੱਚ ਵੀ ਅੱਗ ਹੁੰਦੀ ਹੈ ਉਸ ਉਸ ਨੂੰ ਸਾਡੇ ਜੋ ਵਿਦਵਾਨਾਂ ਨੇ ਬੜਵਾ ਅੱਗ ਕਿਹਾ ਹੈ ਬੱਦਲਾਂ ਦੀ ਅੱਗ ਹੈ ਜੋ ਬੱਦਲ ਅਸਮਾਨ ਦੇ ਵਿੱਚ ਭੜਦੇ ਨੇ ਤਾਂ ਵੀ ਅੱਗ ਲੱਗਦੀ ਹੈ ਹੇਠਾਂ ਡਿੱਗਦੀ ਹੈ ਬਿਜਲੀ ਜਦੋਂ ਤਾਂ ਫਿਰ ਉਹ ਵੀ ਅੱਗ ਦਾ ਰੂਪ ਧਾਰਨ ਕਰ ਜਾਂਦੀ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਸਗਲ ਬਨਸਪਤ ਮੈਂ ਬਸੰਤਰ ਸਗਲ ਦੁੱਧ ਮੈਂ ਕੀਆ ਸਾਰੀ ਬਨਸਪਤੀ ਦੇ ਅੰਦਰ ਅੱਗ ਹੈ ਇਹ ਤਾਂ ਹੁਣ ਬਾਹਰੇ ਅੱਗਾਂ ਦੇ ਵਚਨ ਦੇ ਵਾਸਤੇ ਜਦੋਂ ਗਰਮੀ ਪੈਂਦੀ ਹੈ ਇਨਸਾਨ ਜਿਹੜਾ ਪ੍ਰਾਤਨ ਸਮੇਂ ਦੇ ਅੰਦਰ ਸੰਘਣੀਆਂ ਛਾਵਾਂ ਵਾਲੇ ਦਰਖਤਾਂ ਦੇ ਹੇਠਾਂ ਬਹਿੰਦਾ ਸੀ ਸਮੇਂ ਨੇ ਤਰੱਕੀ ਕੀਤੀ ਇਹ ਇਸ ਨੇ ਹੋਰ ਜਿਹੜੀ ਬੁੱਧੀ ਸਿਆਣਪ ਦੇ ਨਾਲ ਇਹ ਬਿਜਲੀ ਨਾਲ ਚੱਲਣ ਵਾਲੇ ਪੱਖੇ ਕੂਲਰ ਏਸੀ ਇਤ ਆਦਿਕ ਪੈਦਾ ਕਰ ਲਏ ਤੇ ਇਹ ਆਪਣੇ ਘਰਾਂ ਦੇ ਵਿੱਚ ਠੰਡਕ ਪੈਦਾ ਕਰ ਲਈ ਬਾਹਰੀ ਅਗਣ ਤੋਂ ਬਚਣ ਦੇ ਵਾਸਤੇ ਇਹ ਠੰਡੇ ਇਲਾਕਿਆਂ ਦੇ ਵਿੱਚ ਜਾਂਦਾ ਹੈ ਸਮੁੰਦਰ ਦੇ ਨੇੜੇ ਜਾਂਦਾ ਕਿਤੇ ਪਾਣੀ ਦੇ ਨਾਲ ਜਿਹੜਾ ਇਹਨੂੰ ਹਵਾ ਜਿਹੜੀ ਲੱਗ ਕੇ ਆਵੇ ਤਾਂ ਇਸ ਨੂੰ ਠੰਡਕ ਮਹਿਸੂਸ ਹੋਵੇ ਠੰਡਕ ਪੈਦਾ ਹੋਵੇ ਇਹ ਬਾਹਰਲੀ ਅੱਗਾਂ ਦੇ ਬਚਨ ਤੇ ਵਾਸਤੇ ਅਨੇਕਾਂ ਉਪਾਅ ਕੀਤੇ ਨੇ ਦਤਾਰ ਸੱਚੇ ਪਾਸਾ ਜੀ ਕਹਿੰਦੇ ਨੇ ਇਹ ਸਰੀਰ ਦੇ ਵਿੱਚ ਚਾਰ ਨਦੀਆਂ ਅੱਗ ਦੀਆਂ ਵਗਦੀਆਂ ਨੇ ਦਤਾਰ ਆਪਣੀ ਬਾਣੀ ਦੇ ਅੰਦਰ ਪ੍ਰਮਾਣ ਕਰਦੇ ਨੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਹੁਣ ਹੱਸ ਕਹੀਏ ਹਿੰਸਾ ਜਿਸ ਤਰ੍ਹਾਂ નિર્દયਤਾ ਦੇ ਨਾਲ ਹਿੰਸਾ ਕੋਈ ਕਰਦਾ ਹੈ ਹੇਤ ਕਹੀਏ ਮੋਹ ਲੋਭ ਕਹੀਏ ਲਾਲਚ ਲੋਭ ਦਾ ਅਰਥ ਲਾਲਚ ਹੈ ਕੋਪ ਦਾ ਅਰਥ ਕਰੋਧ ਇਹ ਕਰੋਧ ਦੇ ਕਰਕੇ ਲਾਲਚ ਦੇ ਕਰਕੇ ਤ੍ਰਿਸ਼ਨਾ ਰੂਪੀ ਅੱਗ ਹੈ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਜੇ ਇਹ ਤ੍ਰਿਸ਼ਨਾ ਰੂਪੀ ਅੱਗ ਇਸ ਨੂੰ ਲੱਗ ਜਾਵੇ ਤਾਂ ਦਤਾਰ ਫੁਰਮਾਨ ਕਰਦੇ ਨੇ ਤ੍ਰਿਸਨਾ ਵਿਰਲੇ ਹੀ ਕੀ ਬੁਝੀ ਹੈ ਕੋਟ ਜੋਰੇ ਲੱਖ ਕਰੋਰੇ ਮਾਨ ਨਾ ਹੋਰੇ ਪਰੇ ਪਰੇ ਹੀ ਕੁ ਲੁਝੇ ਇਸ ਤਰ੍ਹਾਂ ਇਹ ਨਦੀਆਂ ਚਾਰ ਅਗ ਦੀਆਂ ਦੱਸਿਆ ਨੇ ਸਤਿਗੁਰ ਜੀ ਨੇ ਆਪਣੀ ਬਾਣੀ ਦੇ ਅੰਦਰ ਸਤਿਗੁਰ ਜੀ ਆਪਣੀ ਬਾਣੀ ਦੇ ਅੰਦਰ ਇੱਕ ਤਾਂ ਬੜਾ ਸੁੰਦਰ ਫਰਮਾਨ ਕਰਦੇ ਨੇ ਕਹਿੰਦੇ ਹਾਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰ ਪੁੱਛ ਦੇ ਕਿਆ ਅਵਰ ਨਹੀਂ ਥਾਉ ਉਸ ਹਰੀ ਪਰਮੇਸ਼ਵਰ ਤੋਂ ਇਹਦਾ ਜਿਹੜਾ ਜੀਉ ਜਿਹੜਾ ਉਹ ਜਲ ਜਾਂਦਾ ਹੈ ਜਲਦਾ ਬਲਦਾ ਹੈ ਦਾਤਾਰ ਸੱਚੇ ਪਾਤਸ਼ਾ ਇੱਕ ਤਾਂ ਆਪਣੀ ਬਾਣੀ ਦੇ ਅੰਦਰ ਬੜਾ ਸੁੰਦਰ ਫਰਮਾਨ ਕਰਦੇ ਨੇ ਜੀਉ ਤਪ ਤ ਹੈ ਬਾਰੂ ਬਾਰ ਤਪ ਤਪ ਖਪੇ ਬਹੁਤ ਵੇਕਾਰ ਜੈਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਕਹਿੰਦੇ ਇਹਨੂੰ ਬਾਣੀ ਵਿਸਰਨ ਦੇ ਨਾਲ ਇਹਨੂੰ ਇਸ ਦਾ ਜਿਹੜਾ ਅੰਦਰਲਾ ਉਹ ਤਪਦਾ ਹੈ ਤਪਦਾ ਤਪ ਤਪ ਕੇ ਜਿਹੜਾ ਉਹ ਬਾਣੀ ਵਿਸਰਗੀ ਇਸ ਨੂੰ ਰੋਗ ਲੱਗ ਜਾਂਦੇ ਜੈਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵੀ ਲਾਏ ਸਤਿਗੁਰੂ ਸੱਚੇ ਪਾਤਸ਼ਾ ਆਪਣੀ ਬਾਣੀ ਦੇ ਅੰਦਰ ਹੋਰ ਵੀ ਠੰਢੀ ਚੀਜ਼ਾਂ ਦਾ ਜ਼ਿਕਰ ਕਰਦੇ ਨੇ ਦਾਤਾਰ ਸੱਚੇ ਪਾਤਸ਼ਾ ਸਹਿਜ ਕੀਰਤੀ ਦੇ ਸ਼ਲੋਕਾਂ ਦੇ ਅੰਦਰ ਫੁਰਮਾਨ ਕਰਦੇ ਨੇ ਨਾ ਸੀਤਲੰਗ ਚੰਦਰ ਦੇਵ ਹੈ ਨਾ ਸੀਤਲੰਗ ਬਾਵਣ ਚੰਦਨ ਹੈ ਨਾਨਕ ਸੀਤਲੰਗ ਸੀਤੁਰਤੇਨ ਨਾ ਸੀਤਲੰਗ ਸੀਤੁਰਤੇਨ ਨਾਨਕ ਸੀਤਲੰਗ ਸਾਜ ਸਵਜਨ ਹੈ ਕਹਿੰਦੇ ਜਿਹੜਾ ਚੰ드ਰਮਾ ਹੈ ਉਹ ਠੰਡੀਆਂ ਕਿਰਨਾਂ ਦਿੰਦਾ ਹੈ ਦਤਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਵੀ ਇਸ ਨੂੰ ਬਾਹਰੀ ਸਰੀਰ ਤੌਰ ਤੇ ਠੰਡੀਆਂ ਲੱਗ ਸਕਦੀਆਂ ਨੇ ਪਰ ਜਦੋਂ ਅੰਦਰ ਜਿਹੜਾ ਇਹਦਾ ਤਪਦਾ ਹੋਵੇ ਤਾਂ ਫਿਰ ਉਹ ਬਾਹਰੀ ਠੰਡ ਕੰਮ ਨਹੀਂ ਕਰਦੀ ਤੇ ਬਾਵਣ ਚੰਦਨ ਜਿਹੜਾ ਚਿੱਟਾ ਚੰਦਨ ਹੈ ਉਸ ਦੇ ਨਾਲ ਜਦੋਂ ਸੱਪਾਂ ਨੂੰ ਉਹ ਜ਼ਹਿਰ ਜ਼ਹਿਰਲੇ ਸੱਪਨੇ ਉਹ ਜਦੋਂ ਜਾ ਕੇ ਉਸ ਨੂੰ ਲਪਟਦੇ ਨੇ ਤੇ ਉਸ ਦੇ ਡੰਗ ਮਾਰਦੇ ਨੇ ਤੇ ਸਤਗੁਰੂ ਜੀ ਫੁਰਮਾਨ ਕਰਦੇ ਨੇ ਉਹ ਆਪਣੀ ਜਿਹੜੀ ਠੰਡਕਤਾ ਹੈ ਉਹ ਦੇ ਹੀ ਜਾਂਦਾ ਹੈ ਨਾ ਸੀਤਲੰਗ ਬਾਵਣ ਚੰਦਨ ਹੈ ਦਾਤਾਰ ਕਹਿੰਦੇ ਨੇ ਸਿਆਲ ਦੀ ਰੁੱਤ ਵੀ ਠੰਡੀ ਹੈ ਐਸਾ ਹੀ ਫੁਰਮਾਨ ਸਤਗੁਰੂ ਜੀ ਨੇ ਹੋਰ ਫੁਰਮਾਨ ਕੀਤਾ ਦਾਤਾਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਜੇ ਇੱਕ ਤਾਂ ਬਾਹਰੋਂ ਇੱਕ ਤਾਂ ਤਪੇ ਹੋਏ ਨੇ ਅਸਾੜ 15 30 ਲਗੇ ਇੱਕ ਅੰਦਰੋਂ ਠੰਡੇ ਨੇ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ 33 ਤਵੀ ਤੇ ਬਿਠਾਇਆ ਗਿਆ ਦਤਾਰ ਸੱਚੇ ਪਾਤਸ਼ਾਹ ਬਾਹਰੋਂ अनेका ਕਟ ਦਿੱਤੇ ਗਏ ਤਤੀ ਤਵੀ ਤੇ ਬਿਠਾ ਕੇ ਅੱਗ ਭਾਲੀ ਜਾਂਦੀ ਹੈ अनेका ਤਸੀਹੇ ਦਿੱਤੇ ਜਾਂਦੇ ਨੇ ਸਮੇਂ ਦੇ ਲੋਕ ਹਾਹਾਕਾਰ ਕਰਦੇ ਨੇ ਪਰ ਸਤਗੁਰੂ ਸੱਚੇ ਪਾਤਸ਼ਾਹ ਜੀ ਅਡੋਲ ਬੈਠੇ ਨੇ ਅੰਦਰ ਠੰਡਾ ਹੈ ਦਤਾਰ ਸਚੇ ਪਾਸਾ ਜੀ ਐਸਾ ਪ੍ਰਮਾਣ ਕਰਦੇ ਨੇ ਅਸਾੜਤ ਪੰਡਾ 30 ਲਗੇ ਹਾੜ ਦਾ ਮਹੀਨਾ ਜਿਹੜਾ ਹੈ ਉਹ ਉਹਨਾਂ ਨੂੰ ਗਰਮ ਲੱਗਦਾ ਹੈ ਤਪਦਾ ਪ੍ਰਤੀਤ ਹੁੰਦਾ ਹੈ ਕਿਨਾਂ ਨੂੰ ਹਰ ਨਾ ਹੋ ਨਾ ਜਿਨ੍ਹਾਂ ਪਾਸ ਜਿਨ੍ਹਾਂ ਦੇ ਪਾਸ ਜਾਂ ਉਹ ਬੰਦੇ ਹਾੜ ਦੇ ਮਹੀਨੇ ਵਾਂਗੂ ਤਪਦੇ ਰਹਿੰਦੇ ਨੇ ਕਲਪਦੇ ਰਹਿੰਦੇ ਨੇ ਬਿਲਕਦੇ ਰਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂਪਤੀ ਨਹੀਂ ਵਸਦਾ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਕਿਉਂਕਿ ਉਹਨਾਂ ਨੇ ਜਿਹੜਾ ਜਗ ਜੀਵਨ ਜਗ ਨੂੰ ਜੀਵਨ ਦੇਲਾ ਜਿਹੜਾ ਪੁਰਖ ਹੈ ਜਗ ਨੂੰ ਜੀਵਨ ਦੇਣ ਵਾਲਾ ਉਹ ਪਰਮੇਸ਼ਰ ਵਿਸਾਰ ਦਿੱਤਾ ਉਸ ਪਰਮੇਸ਼ਰ ਨੂੰ ਵਿਸਾਰ ਕੇ ਉਹ ਮਨੁੱਖ ਦੀ ਆਸ ਰੱਖਦੇ ਨੇ ਕਬੀਰ ਸਾਹਿਬ ਬੜਾ ਸੁੰਦਰ ਪ੍ਰਮਾਣ ਕਰਦੇ ਨੇ ਕਿ ਆਸ ਤਾਂ ਕਹਿੰਦੇ ਉਸ RAM ਦੀ ਕਰਨੀ ਸੀ ਜਿਹੜਾ ਸਾਰਿਆਂ ਦੇ RAM ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਤੇ ਹੋਰਾਂ ਦੀ ਤਾਂ ਨਿਰਾਸ਼ਤਾ ਹੀ ਲੈਣੀ ਸੀ ਹੋਰਾਂ ਤੋਂ ਤਾਂ ਕਬੀਰ ਆਸਾ ਕਰੀਏ RAM ਕੀ ਅਵਰੈ ਆਸ ਨਿਰਾਸ ਨਰਕ ਪਰੇ ਤੇ ਮਾ ਨਹੀਂ ਜੋ ਹਰ ਨਾਮ ਨਿਵਾਸ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕਿਉ ਨਮੀਤ ਚਾਲੇ ਤੇ ਹਰ ਮਿਲਨ ਕੋ ਵਿਚ اٹਕਿਓ ਚੀਤ ਉਸ ਜਗਜੀਵਨ ਪੁਰਖ ਨੂੰ ਤਾਂ ਵਿਸਾਰ ਦਿੱਤਾ ਤੇ ਮਨੁੱਖ ਦੀ ਆਸ ਰੱਖਦਾ ਹੈ ਮਨੁੱਖ ਤੇ ਭਰੋਸਾ ਕਰਦਾ ਹੈ ਕਿ ਮਨੁੱਖ ਮੈਨੂੰ ਕੁਝ ਦੇਵੇਗਾ ਪਰ ਮਨੁੱਖ ਜੇ ਕੁਝ ਉਹਦੇ ਕੋਲ ਪਹਿਲਾਂ ਤਾਂ ਹੋਵੇਗਾ ਤਾਂ ਹੀ ਦੇਵੇਗਾ ਹੁਣ ਉਹਦੇ ਉਹ ਜੀਵਨ ਦੀ ਕਿੱਥੇ ਜਗਤ ਨੂੰ ਕਿੱਥੇ ਜੀਵਨ ਦੇ ਸਕਦਾ ਹੈ ਇੱਕ ਨੂੰ ਮਨੁੱਖ ਦੇ ਦੇਵੇਗਾ ਦੂਜੇ ਨੂੰ ਕਿੱਥੋਂ ਦੇਵੇਗਾ ਦੋ ਚਾਰਾਂ ਨੂੰ ਕਿੱਥੇ ਦੇਵੇਗਾ ਉਹ ਜਿਹੜਾ ਸਾਰੇ ਜਗਤ ਦਾ ਮਾਲਕ ਹੈ ਸਾਰੇ ਜਗ ਨੂੰ ਜੀਵਨ ਦਾਲਾ ਦੇਣ ਵਾਲਾ ਹੈ ਸਾਰੇ ਜਗ ਨੂੰ ਜੀਵਨ ਦੇਣ ਵਾਲਾ ਹੈ ਉਸ ਦੀ ਆਸ ਛੱਡ ਕੇ ਲੋਕਾਂ ਤੇ ਆਸ ਲਾਈ ਬੈਠਾ ਹੈ ਸਤਗੁਰੂ ਜੀ ਫਰਮਾਨ ਕਰਦੇ ਨੇ ਬਿਰਥਾ ਪਰਵਾਸਾ ਲੋਕ ਇਹਨਾਂ ਲੋਕਾਂ ਦਾ ਕੀ ਪਰਵਾਸਾ ਹੈ ਇਹ ਤਾਂ ਤੈਨੂੰ ਛੱਡ ਜਾਣਗੇ ਤੇ ਹੋਰ ਇਸ ਤਰ੍ਹਾਂ ਐਸੇ ਉਦਮ ਕਰਦਾ ਹੈ ਕਿਸੇ ਦਾ ਮਿੱਤਰ ਕੋਈ ਹੋਰ ਤਕੜਾ ਹੋਵੇ ਉਸ ਦੀ ਆਸਾ ਕਰਦਾ ਹੈ ਪੁੱਤਰ ਦੀ ਆਸਾ ਕਰਦਾ ਹੈ ਤੇ ਹੋਰ ਆਪਣੇ ਕੁੜਮਾਂ ਦੀ ਰਿਸ਼ਤੇਦਾਰਾਂ ਦੀ ਜਵਾਈਆਂ ਦੀ ਆਸਾ ਕਰਦਾ ਹੈ ਸਤਗੁਰੂ ਜੀ ਆਪਣੀ ਬਾਣੀ ਦੇ ਅੰਦਰ ਪ੍ਰਮਾਣ ਪਏ ਕਰਦੇ ਨੇ ਕਿਸ ਹੀ ਧੜਾ ਕੀਆ ਮਿੱਤਰ ਸੁਧ ਨਾਲ ਭਾਈ ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ ਕਿਸੇ ਧੜਾ ਕੀਆ ਸਿਕਦਾਰ ਚੌਧਰੀ ਨਾ ਲਿਆ ਆਪਣੇ ਸਵਾਈ ਹਮਾਰਾ ਧੜਾ ਹਰ ਰਹਾ ਸਮਾਈ ਸਤਿਗੁਰੂ ਜੀ ਕਹਿੰਦੇ ਨੇ ਸਾਡਾ ਧੜਾ ਤਾਂ ਜਿਹੜਾ ਉਹ ਪਰਮੇਸ਼ਵਰ ਅਕਾਲ ਪੁਰਖ ਹੈ ਹੋਰਾਂ ਲੋਕਾਂ ਦੇ ਧੜਿਆਂ ਤੋਂ ਮੈਂ ਕੀ ਲੈਣਾ ਹੈ ਤੇ ਸਤਿਗੁਰ ਜੀ ਆਪਣੀ ਬਾਣੀ ਦੇ ਅੰਦਰ ਐਸਾ ਪ੍ਰਮਾਣ ਕਰਦੇ ਤੂੰ ਮਨੁੱਖਾਂ ਤੇ ਆਸ ਰੱਖੀ ਫਿਰਦਾ ਹੈ ਦਾਤਾਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਬਾਣੀ ਦੇ ਅੰਦਰ ਪ੍ਰਮਾਣ ਪੇ ਕਰਦੇ ਨੇ ਮਨੁੱਖ ਕੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ ਭਾਈ ਗੁਰਦਾਸ ਜੀ ਪ੍ਰਮਾਣ ਕਰਦੇ ਨੇ ਕਹਿੰਦੇ ਉਹ ਦਾਤਾ ਨਾ ਮੰਗਿਏ ਫਿਰ ਦੁਬਾਰਾ ਕਿਸੇ ਤੋਂ ਮੰਗਣਾ ਪਵੇ ਕਹਿੰਦੇ ਨੇ ਦਾਤਾ ਉਹ ਨਾ ਮੰਗਿਆ ਫਿਰ ਮੰਗਣ ਜਾਈਏ ਹੋਛਾ ਸਾਹੋ ਨਾ ਕੇਚੇ ਫਿਰ ਪਛੋਤ ਆਈਏ ਮਤ ਤੂੰ ਹੋਛਾ ਸਾਹ ਕਰ ਬੈਠੀ ਦਾਤਾ ਕੋਈ ਉਹਨਾ ਮੰਗ ਬੈਠੀ ਤੈਨੂੰ ਫੇਰ ਮੰਗਣਾ ਪਵੇ ਹੋਛਾ ਸਾਹ ਮਤ ਕਰ ਬੈਠੀ ਮੌਕੇ ਤੇ ਤੈਨੂੰ ਜਵਾਬ ਹੀ ਮਿਲੇਗਾ ਭਾਈ ਗੁਰਦਾਸ ਜੀ ਇੱਕ ਤਾਂ ਹੋਰ ਬੜਾ ਸੁੰਦਰ ਬਚਨ ਕਰਦੇ ਨੇ ਕਹਿੰਦੇ ਸੱਚ ਦਿੱਤਾ ਸੱਚ ਦਤਾਰ ਵਿਸਾਰਕੈ ਮੰਗਤਿਆਂ ਨੂੰ ਮੰਗਣ ਜਾਈ ਕਹਿੰਦੇ ਉਹ ਸੱਚੇ ਦਤਾਰ ਉਸ ਪਰਮੇਸ਼ਵਰ ਅਕਾਰਪੁਰਖ ਨੂੰ ਵਿਸਾਰ ਕੇ ਜਿਹੜੇ ਉਸ ਦੇ ਕੋਲੋਂ ਮੰਗਦੇ ਨੇ ਫਿਰ ਉਹਨਾਂ ਕੋਲ ਮੰਗਣ ਜਾਂਦਾ ਹੈ ਤੇ ਦਤਾਰ ਕਹਿੰਦੇ ਨੇ ਜਗ ਜੀਵਨ ਪੁਰਖ ਤਿਆਕ ਹੈ ਮਾਨਸ ਸੰਧੀ ਆਸ ਜਿਹੜੇ ਜਗਤ ਦੇ ਸਹਾਰੇ ਪਰਮਾਤਮਾ ਦਾ ਆਸਰਾ ਛੱਡ ਕੇ ਬੰਦਿਆਂ ਦੀ ਆਸਾ ਬਣਾਈ ਰੱਖਦੇ ਨੇ ਫਿਰ ਉਹ ਇਸ ਤਰ੍ਹਾਂ ਅੱਗੇ ਦੁੱਖ ਪਾਉਂਦੇ ਨੇ ਦਤਾਰ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ ਦੂ ਹੈ ਪਾਏ ਵਿਗੂਚੀ ਐ ਗਲ ਪੈ ਇਸ ਜਮ ਕੀ ਫਾਸ ਫਿਰ ਪ੍ਰਭੂ ਤੋਂ ਬਿਨਾ ਉਸ ਅਕਾਲ ਪੁਰਖ ਤੋਂ ਬਿਨਾ ਉਸ ਪਰਮੇਸ਼ਵਰ ਤੋਂ ਬਿਨਾ ਕਿ ਕਿਸੇ ਹੋਰ ਦੇ ਆਸਰੇ ਰਹਾ ਤਾਂ ਫਿਰ ਖਵਾਰ ਹੀ ਹੋਈਦਾ ਹੈ ਫਿਰ ਤਾਂ ਖਵਾਰ ਹੀ ਹੋਣਾ ਹੈ ਜੇ ਪੇ ਕੋਈ ਹੋਰ ਸਹਾਰਾ ਤੱਕਦਾ ਹੋਵੇ ਤਾਂ ਫਿਰ ਉਸ ਦੇ ਗਲ ਦੇ ਵਿੱਚ ਜਮਾ ਦੀ ਫਾਹੀ ਪੈਣੀ ਜੋ ਹੋਈ ਉਸ ਦਾ ਜੀਵਨ ਸਹਿਮ ਦੇ ਵਿੱਚ ਹੀ ਬੀਤਦਾ ਹੈ ਸਤਿਗੁਰ ਜੀ ਪ੍ਰਮਾਣ ਕਰਦੇ ਨੇ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘਤ ਚਲਾਇਆ ਦਤਾਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸੰਸਨ ਹੁਕਮ ਕੀਤਾ ਸੀ ਜਾਗਤ ਜੋਤ ਜਪੈ ਨਿਸਬਸਰ ਏਕ ਬਿਨਾ ਮਨ ਨੈਕ ਨ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੌਰ ਮੜੀ ਮੱਟ ਭੂਲ ਨਾ ਮੰਨੇ ਦਤਾਰ ਸੱਚੇ ਪਾਸੋਂ ਕਹਿੰਦੇ ਪੂਰਨ ਪ੍ਰਤੀਤ ਸਜਣੀ ਸੀ ਤੂੰ ਤਾਂ ਦੂਜੇ ਪਾਸੇ ਕਿੱਥੇ ਤੂੰ ਤਾਂ ਇੱਕ ਦਾ ਧਾਰ ਨਹੀਂ ਬਣਣਾ ਸੀ ਫਿਰ ਜੇ ਦੂਜੇ ਪਾਸੇ ਦੇ ਵਿੱਚ ਲੱਗੇਗਾ ਹੋਰਾਂ ਦੇ ਆਸਰੇ ਰਹੇਗਾ ਮੜੀ ਮਸਾਨੀਆਂ ਤੇ ਜਾਏਗਾ ਤਾਂ ਫਿਰ ਤੇਰੇ ਗਲਾਂ ਦੇ ਵਿੱਚ ਜਿਹੜੀ ਜਮਾ ਦੀ ਫਾਸੀ ਉਹ ਪੈਣੀ ਹੈ ਦਾਤਾਰ ਪ੍ਰਮਾਣ ਕਰਦੇ ਨੇ ਪਰਮੇਸ਼ਵਰ ਤੋਂ ਬਿਨਾ ਹੋਰ ਕਿਸੇ ਦੇ ਆਸਰੇ ਆਸਰੇ ਤੇ ਰਹਿਣ ਦੇ ਨਾਲ ਤੇਰੇ ਗਲਾਂ ਦੇ ਵਿੱਚ ਜਮਾ ਦੀ ਫਾਹੀ ਪੈਣੀ ਹੈ ਜੇ ਹਾ ਬੀਜ ਸੋ ਲੁਣੈ ਮੱਥੇ ਜੋ ਲਿਖਿਆ ਸ ਰਤਾਰ ਸੱਚੇ ਪਾਸਾ ਦੀ ਪਰਮਾਨ ਕਰਦੇ ਨੇ ਜੇ ਕੋਈ ਕਣਕ ਬੀਜਦਾ ਤਾਂ ਕਣਕ ਵੱਢੇਗਾ ਜੇ ਕੋਈ ਮੱਕੀ ਵਿਝੇਗਾ ਤਾਂ ਮੱਕੀ ਵਿਢੇਗਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਸਾ ਦੀ ਸਾਨੂੰ ਫਰਮਾਉਂਦੇ ਨੇ ਸਮਝਾਉਂਦੇ ਨੇ ਫਰੀਦ ਜੀ ਆਪਣੀ ਬਾਣੀ ਦੇ ਅੰਦਰ ਬੜਾ ਸੁੰਦਰ ਪਰਮਾਨ ਕਰਦੇ ਨੇ ਫਰੀਦ ਦਾ ਲੋੜ ਹੈ ਦਾਖ ਬਿਜੋਰੀਆਂ ਕਿਕਰ ਬਿਜੈ ਜੱਟ ਕਹਿੰਦੇ ਬੀਜ ਤੇ ਕਿਕਰਾਂ ਵਾਲੇ ਬੀਜੇ ਨੇ ਪਰ ਬਿਜੌਰ ਦੇ ਇਲਾਕੇ ਦੀ ਜਿਹੜੀ ਛੋਟੇ ਅੰਗੂਰ ਹੈ ਜਿਹੜੀ ਦਾਖਾ ਉਹ ਭਾਲਦਾ ਖਾਣ ਨੂੰ ਤੇ ਹੰਡਾ ਉਹਨ ਕਤਾਇੰਦਾ ਪੈਦਾ ਲੋੜ ਹੈ ਪੱਟ ਕੱਤਦਾ ਤੇ ਉਹਨ ਰਹਾ ਕਪਾ ਰਹਾ ਪਰ ਜਿਹੜਾ ਉਹ ਪੈਨਨ ਨੂੰ ਰੇਸ਼ਮੀ ਭਾਲਦਾ ਹੈ ਸਤਿਗੁਰੂ ਜੀ ਹੋਰ ਇੱਕ ਥਾਂ ਬੜਾ ਸੁੰਦਰ ਫੁਰਮਾਨ ਕਰਦੇ ਨੇ ਕਹਿੰਦੇ ਬੀਜੈ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨੇ ਆਓ ਮਤਤਾਰ ਕਹਿੰਦੇ ਨੇ ਜਿਹੋ ਜਾਂ ਬੀਜ ਬੀਜੇਗਾ ਉਹਦੇ ਫਲ ਜਿਹੜੇ ਨੇ ਉਹ ਪ੍ਰਾਪਤ ਹੋਣੇ ਨੇ ਕੁਦਰਤ ਦਾ ਨਿਯਮ ਹੀ ਐਸਾ ਬਣਿਆ ਹੈ ਕਿ ਇਨਸਾਨ ਜਿਹੋ ਜੇ ਬੀਜ ਬੀਜਦਾ ਹੈ ਕਿਤੇ ਕਰਮਾ ਇਨਸਾਨ ਜਿਹੜਾ ਲੇਖ ਉਸਦੇ ਮੱਥੇ ਉੱਤੇ ਲਿਖਿਆ ਜਾਂਦਾ ਹੈ ਉਹ ਜਿਹੜੇ ਜਿਹੜੇ ਫਲ ਉਸ ਨੂੰ ਪ੍ਰਾਪਤ ਹੁੰਦੇ ਨੇ ਰਹਿਣ ਵਿਹਾਣੀ ਪਛਤਾਣੀ ਉਠ ਚਲੀ ਗਈ ਨਿਰਾਸ ਪਿਆਰ ਨਾਲ ਬੁੱਲੂ ਸਤਨਾਮ ਸ੍ਰੀ ਵਾਹਿਗੁਰੂ ਹੁਣ ਜਗਤ ਨੂੰ ਜੀਵਨ ਦੇਣ ਵਾਲੇ ਪਰਮੇਸ਼ਵਰ ਨੂੰ ਤਾਂ ਵਿਸਾਰ ਦਿੱਤਾ ਇਹ ਉਸ ਨੂੰ ਵਿਸਾਰਨ ਵਾਲੀ ਜੀਵ ਇਸਤਰੀ ਦੀ ਹਾਲਤ ਹੈ ਉਸ ਦੀ ਜਿਹੜੀ ਰੈਣ ਵਿਹਾਣੀ ਜਿਹੜੀ ਰਾਤ ਸੀ ਉਮਰ ਰੂਪੀ ਰਾਤ ਜਿਹੜੀ ਸਾਰੀ ਜ਼ਿੰਦਗੀ ਉਹ ਲੰਘ ਗਈ ਪਛਤਾਵਿਆਂ ਵਿੱਚ ਹੀ ਗੁਜ਼ਰ ਗਈ ਤੇ ਉਹ ਜਗਤ ਤੋਂ ਹੋਏ ਜਿਹੜਿਆ ਟੁੱਟੇ ਹੋਏ ਦਿਲ ਨਾਲ ਤੁਰ ਪੈਂਦੀ ਹੈ ਪਰ ਕਿਸੇ ਨਾ ਕਿਸੇ ਨੂੰ ਤਾਂ ਫਿਰ ਪਰਮੇਸ਼ਵਰ ਦੀ ਪ੍ਰਾਪਤੀ ਵੀ ਹੋਈ ਹੋਵੇਗੀ ਉਹ ਸਤਗੁਰੂ ਜੀ ਅਗਲੀ ਤੁਕ ਦੇ ਅੰਦਰ ਫੁਰਮਾਨ ਕਰਦੇ ਨੇ ਜਿਨ ਕੋ ਸਾਧੂ ਪੇਟੀ ਐ ਸੋ ਦਰਗਹਿ ਹੋਏ ਖਲਾਸ ਜਿਨ੍ਹਾਂ ਬੰਦਿਆਂ ਨੂੰ ਗੁਰੂ ਮਿਲ ਪੈਂਦਾ ਹੈ ਪਰਮੇਸ਼ਵਰ ਮਿਲ ਜਾਂਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਸੁਰਖਰੂ ਹੋ ਕੇ ਜਾਂਦੇ ਨੇ ਆਦਰ ਪਾਉਂਦੇ ਨੇ ਮਾਣ ਪਾਉਂਦੇ ਨੇ ਉਹਨਾਂ ਨੂੰ ਆਦਰ ਮਿਲਦਾ ਹੈ ਉਸ ਦੀ ਦਰਗਾਹ ਦੇ ਅੰਦਰ ਦਤਾਰ ਸੱਚੇ ਪਾਤਸ਼ਾਹ ਜੀ ਪਰਮਾਨ ਕਰਦੇ ਨੇ ਕਿ ਜਿੰਨ ਕੋ ਸਾਧੂ ਭੇਟੀ ਐ ਸੋ ਦਰਗਹਿ ਹੋਏ ਖਲਾਸ ਦਤਾਰ ਸੱਚੇ ਪਾਤਸ਼ਾਹ ਜੀ ਮਿਹਰ ਕਰਦੇ ਨੇ ਰਹਿਮਤ ਕਰਦੇ ਨੇ ਅਗਲੀ ਤੁਕ ਦੇ ਅੰਦਰ ਫੁਰਮਾਨ ਕਰਦੇ ਨੇ ਕਰ ਕਿਰਪਾ ਪ੍ਰਭ ਆਪਨੀ ਤੇਰੇ ਦਰਸ਼ਨ ਹੋਏ ਪਿਆਸ ਵਿਦਵਾਨਾਂ ਨੇ ਜਿਹੜੇ ਦਰਸ਼ਨ ਦੇ ਉਹ ਚਾਰ ਤਰ੍ਹਾਂ ਦੇ ਦਰਸ਼ਨ ਲਿਖੇ ਨੇ ਵਿਦਵਾਨਾਂ ਨੇ ਇੱਕ ਚਿੱਤਰ ਦਰਸ਼ਨ ਹੈ ਇੱਕ ਸੁਪਨ ਦਰਸ਼ਨ ਹੈ ਇੱਕ ਜਿਹੜਾ ਸਰਵਣ ਦਰਸ਼ਨ ਹੈ ਇੱਕ ਪ੍ਰਤੱਖ ਦਰਸ਼ਨ ਹੈ ਭਾਈ ਸਾਹਿਬ ਭਾਈ ਵੀਰ ਜੀ ਸੁਪਨ ਦਰਸ਼ਨ ਦੇ ਬਾਰੇ ਲਿਖਦੇ ਨੇ ਉਹ ਕਹਿੰਦੇ ਨੇ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ ਅਸਾ ਤਾ ਗਲ ਵਕੜੀ ਪਾਈ ਨੀਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ ਤਾ ਚਰਨਾਂ ਤੇ ਸੀਸ ਨਿਵਾਇਆ ਸਾਡੇ ਮੱਥੇ ਛਾ ਨਾ ਪਾਈ ਕਿਉਂ ਤੁਸੀਂ ਉੱਚੇ ਸੋ ਅਸੀਂ ਨੀਵੇਂ ਸਾਂ ਸਾਡੀ ਪੇਸ ਨਾ ਗਈ ਆਕਾਈ ਉਹ ਸੁਪਨ ਦਰਸ਼ਨ ਦੇ ਸਤਿਗੁਰ ਜੀ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਸੁਪਨ ਦਰਸ਼ਨ ਦੇ ਬਾਰੇ ਲਿਖਦੇ ਨੇ ਤੇ ਦਤਾਰ ਸੱਚੇ ਪਾਤਸ਼ਾਹ ਕਹਿੰਦੇ ਨੇ हे ਪਰਮੇਸ਼ਵਰ हे ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਅੱਗੇ ਨਾਨਕ ਦੀ ਅਰਦਾਸ ਹੈ ਬੇਨਤੀ ਹੈ ਤੂੰ ਆਪਣੀ ਮਿਹਰ ਕਰ ਆਪਣੀ ਮਹਿਰਮਤ ਕਰ ਆਪਣੀ ਦਇਆ ਕਰ ਮੇਰੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਤਾਂਗ ਬਣੇ ਰਹੇ ਦਤਾਰ ਫੁਰਮਾਨ ਕਰਦੇ ਨੇ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਣ ਦਿਨ ਨੇਤ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੇਤ ਦਤਾਰ ਸੱਚੇ ਪਾਸ਼ਾ ਹੋਰ ਸੁੰਦਰ ਬਚਨ ਕਰ ਦੇ ਨੇ ਦਰਸ਼ਨਾਂ ਦੇ ਬਾਰੇ ਬੜੇ ਸੁੰਦਰ ਬਚਨ ਬਾਣੀ ਦੇ ਅੰਦਰ ਆਂਦੇ ਨੇ ਹੋ ਹੋ ਦਿਆਲ ਦਰਸ਼ਨ ਦੇ ਹੋ ਆਪਣਾ ਐਸੀ ਬਖਸ਼ ਕਿਰਜੈ ਹੇ ਦਾਤਾ ਜੀ ਐਸੀ ਬਖਸ਼ ਬਖੀਸ ਕਰੋ ਐਹ ਜੀ ਕਿਰਪਾ ਕਰੋ ਐਹ ਜੀ ਮਹਿਰਮਤ ਕਰੋ ਕਿ ਮੈਨੂੰ ਆਪਣਾ ਦਰਸ਼ਨ ਬਖਸ਼ ਦੇਵੋ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪਰ ਮੇਰਾ ਦਤਾਰ ਸੱਚੇ ਪਾਤਸ਼ਾਹ ਨੇ ਅਨੇਕਾਂ ਉਦਾਹਰਨਾਂ ਦਰਸ਼ਨਾਂ ਦੀ ਬਾਣੀ ਦੇ ਅੰਦਰ ਦਿੱਤੀਆਂ ਨੇ ਸੱਚੇ ਪਾਤਸ਼ਾਹ ਦਤਾਰ ਜੀ ਏ ਅਕਾਲ ਪੁਰਖ ਵਾਹਿਗੁਰੂ ਜੀ ਇਹ ਮੇਰੀ ਬੇਨਤੀ ਹੈ ਕਿ ਤੂੰ ਆਪਣੀ ਮਿਹਰ ਕਰ ਆਪਣੀ ਦਇਆ ਕਰ ਆਪਣੀ ਕਿਰਪਾ ਕਰ ਆਪਣੀ ਮਹਿਰਮਤ ਕਰ ਕਿ ਤੇਰੇ ਦਰਸ਼ਨਾਂ ਦੀ ਤਾਂ ਜਿਹੜੀ ਐ ਉਹ ਮੇਰੇ ਮਨ ਦੇ ਵਿੱਚ ਉਹ ਮੇਰੇ ਹਿਰਦੇ ਦੇ ਵਿੱਚ ਬਣੀ ਰਹੇ ਪ੍ਰਭ ਤੂਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਜੇ ਕੋਈ ਕਹੇ ਵੀ ਤੂੰ ਕਿਤੇ ਹੋਰ ਥਾਂ ਦੇਖ ਲੈ ਤੂੰ ਹੋਰ ਥਾਂ ਲੱਭ ਲੈ ਭਾਈ ਇੱਥੇ ਹੈ ਨਹੀਂ ਕੁਝ ਫਿਰ ਇਸ ਤਰ੍ਹਾਂ ਦੀ ਬੇਨਤੀ ਕਰਨੀ ਹੈ ਵੀ हे ਦਾਤਾ ਤੇਰੇ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੋਰ ਕੋਈ ਮੇਰਾ ਆਸਰਾ ਨਹੀਂ ਹੋਰ ਕੋਈ ਮੇਰਾ ਪਰਣਾ ਨਹੀਂ ਦਾਤਾਰ ਸੱਚੇ ਪਾਤਸ਼ਾਹ ਤੇਤੋ ਬਿਨਾ ਮੇਰਾ ਹੋਰ ਹੈ ਕੋਈ ਨਹੀਂ ਇਹ ਅਰਦਾਸ ਹੈ ਅਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦੇ ਚਰਨਾਂ ਦਾ ਨਿਵਾਸ ਬਣਿਆ ਰਹੇ ਉਸ ਨੂੰ ਹਾੜ ਦਾ ਮਹੀਨਾ ਜਿਹੜਾ ਉਹ ਤਪਦਾ ਜਿਹੜਾ ਤਪਦਾ ਹਾੜ ਦਾ ਮਹੀਨਾ ਉਹ ਵੀ ਸੋਹਣਾ ਲੱਗਦਾ ਹੈ ਉਸ ਨੂੰ ਦੁਨੀਆਂ ਦੇ ਦੁੱਖ ਕਲੇਸ਼ ਦਲੇਦਰ ਦੁਖੀ ਨਹੀਂ ਕਰ ਸਕਦੇ ਹੁਣ ਆਰੰਭ ਦੇ ਵਿੱਚ ਦਾਤਾ ਜੀ ਕਹਿੰਦੇ ਨੇ ਅਸਾੜ ਤਪੰਦਾ ਤਿਸ ਲਗੈ ਹਰ ਨਾਹੁਣ ਜਿਨ੍ਹਾਂ ਪਾਸ ਜਿਨ੍ਹਾਂ ਦੇ ਕੋਲ ਹਰੀ ਪਰਮੇਸ਼ਵਰ ਪਤੀ ਨਹੀਂ ਹੈ ਉਹਨਾਂ ਨੂੰ ਹਾਰ ਦਾ ਮਹੀਨਾ ਤਪਦਾ ਪ੍ਰਤੀਤ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਜਿਨ੍ਹਾਂ ਦੇ ਮਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਚਰਨਾਂ ਦਾ ਨਿਵਾਸ ਬਣ ਗਿਆ ਉਹਨਾਂ ਨੂੰ ਹਾਰ ਦਾ ਮਹੀਨਾ ਜਿਹੜਾ ਹੈ ਉਹ ਸੁਹਾਵਣਾ ਲੱਗਦਾ ਹੈ ਦਤਾਰ ਸੱਚੇ ਪਾਤਸ਼ਾਹ ਇਤਨਿਕ ਸੇਵਾ ਜਿਹੜੀ ਦਾਤਾ ਜੀ ਦੀ ਪ੍ਰਵਾਨ ਕਰ ਲਈ ਕੋਈ ਦਾਵਾ ਨਹੀਂ ਕਿ ਜੋ ਦਤਾਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਅਰਥ ਜਿਹੜੇ ਨੇ ਉਹ ਸਤਿਗੁਰ ਜੀ ਨੇ ਚੌਥੀ ਅਵਸਥਾ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ ਦ ਸੰਸਾਰ ਜਿਹੜਾ ਉਹ ਤਿੰਨਾਂ ਦੇ ਵਿੱਚ ਹੈ ਤੇਨ ਵਿਆਪਿਆ ਜਗਤ ਕੋ ਤੁਰਿਆ ਪਾਵੇ ਕੋਈ ਚੌਥੀ ਅਵਸਥਾ ਦੇ ਵਿੱਚ ਸਤਿਗੁਰ ਜੀ ਨੇ ਬਾਣੀ ਦਰਜ ਕੀਤੀ ਹੈ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਚੁੱਕਾਂ ਹੋ ਜਾਂਦੀਆਂ ਨੇ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਨਖਰ ਨੇ ਗੁਰੂ ਕੀ ਸੰਗਤ ਬਖਸ਼ਨయోగ ਹੈ ਭੁੱਲਾਂ ਚੁੱਕਾਂ ਦੇ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ਼ਾਨਾ ਨਿਤਨੇਮ ਅੰਮ੍ਰਿਤਮਈ ਬਾਣੀ ਕਥਾ कीर्तन ਢਾਡੀ ਵਾਰਾਂ ਸਰਵਣ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਗਲੋਬਲ ਗੁਰਬਾਣੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ